ਦੋਸਤੋ ਭਾਰਤ ਦੀ ਗੱਲ ਕਰੀ ਤਾਂ ਇਸ ਵਕਤ ਹਾਲਾਤ ਇਹ ਨੇ ਕਿ ਕੋਈ ਨਾ ਕੋਈ ਜੁਰਮ ਲਗਾਤਾਰ ਵਾਧਾ ਜਾ ਰਿਹਾ ਹੈ। ਹਾਲੀ ਦੇ ਵਿੱਚ ਗ੍ਰਹਿ ਮੰਤਰਾਲੇ ਦੀ ਇੱਕ ਰਿਪੋਰਟ ਸਾਹਮਣੇ ਆਈ ਜਿਸ ਮੁਤਾਬਕ ਸਾਲ 2016 ਦੇ ਵਿੱਚ 55000 ਤੋਂ ਵੱਧ ਬੱਚੇ ਜਿਹੜੇ ਨੇ ਅਗਵਾ ਹੋਏ ਨੇ। ਬਹੁਤ ਹੈਰਾਨੀ ਕਰਨ ਦੀ ਵਾਲੀ ਗੱਲ ਹੈ ਕਿ ਲਗਾਤਾਰ ਅਜਿਹੇ ਘਟਨਾਵਾਂ ਵਾਧੀਆਂ ਜਾ ਰਹੀਆਂ ਨੇ। ਸਾਲ 2014 ਦੇ ਅੰਕੜੇ ਤੇ ਨਜ਼ਰ ਮਾਰੀਏ ਤਾਂ ਉਦੋਂ ਤਕਰੀਬਨ 38000 ਮਾਮਲੇ ਅਜਿਹੇ ਦਰਜ ਹੋਏ ਸੀ। ਸਾਲ 20 15 ਦੀ ਗੱਲ ਕਰੀਏ ਤਾਂ ਤਕਰੀਬਨ ਇਹ ਮਾਮਲੇ ਵਾਧ ਕੇ 42000 ਤੱਕ ਪਹੁੰਚ ਗਏ ਤੇ ਸਾਲ 2016 ਦੇ ਵਿੱਚ ਇਹ ਅੰਕੜਿਆਂ ਦਾ ਜਿਹੜਾ ਇਹ ਸੰਖਿਆ ਸੀਗੀ ਇਹ 55000 ਦੇ ਅੰਕੜੇ ਦੇ ਨੇੜੇ ਪਹੁੰਚ ਗਈ। ਲਗਾਤਾਰ ਅਜਿਹੇ ਘਟਨਾਵਾਂ ਵਧ ਰਹੀਆਂ ਨੇ ਜਿੱਥੇ ਬੱਚੇ ਅਗਵਾ ਹੋ ਰਹੇ ਨੇ ਪਰ ਪ੍ਰਸ਼ਾਸਨ ਲਗਾਤਾਰ ਇਹ ਭਰੋਸਾ ਦੇ ਰਿਹਾ ਕਿ ਸੁਰੱਖਿਆ ਅਸੀਂ ਲਗਾਤਾਰ ਵਧਾਈ ਹੋਈ ਹੈ ਤੇ ਲਗਾਤਾਰ ਦਾਅਵੇ ਕੀਤੇ ਜਾ ਰਹੇ ਨੇ ਕਿ ਦੇਸ਼ ਦੇ ਵਿੱਚ ਔਰਤਾਂ ਅਤੇ ਬੱਚੇ ਪੂਰੀ ਤਰ੍ਹਾਂ ਸੁਰੱਖਿਤ ਨੇ ਪਰ ਜਿਹੜੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਉਹਨਾਂ ਦਾ ਕੁਝ ਹੋਰ ਹੀ ਬਿਆਨ ਹੈ। ਇਸ ਵਿਸ਼ੇ ਨੂੰ ਲੈ ਕੇ ਅੱਜ ਲੋਕਾਂ ਦੇ ਵਿੱਚ ਵਿਚਰਾਂਗੇ ਪੰਜਾਬ ਦੇ ਵਿੱਚ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਪੁੱਛਾਂਗੇ ਕਿ ਉਹਨਾਂ ਦੇ ਮਤਵਕ ਪੰਜਾਬ ਦੇ ਵਿੱਚ ਲਗਾਤਾਰ ਵਧ ਰਿਹਾ ਜੁਰਮ ਬੱਚਿਆਂ ਦੇ ਲਈ ਅਸੀਂ ਜੇ ਗੱਲ ਕਰੀਏ ਲਗਾਤਾਰ ਅਗਵਾ ਹੋ ਰਹੇ ਬੱਚੇ ਜਿਹੜੇ ਨੇ ਉਹਨਾਂ ਨੂੰ ਸੁਰੱਖਿਅਤ ਜੇ ਰੱਖਣਾ ਤਾਂ ਕਿਹੜੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਪ੍ਰਸ਼ਾਸਨ ਦੀ ਕਿੰਨੀ ਕੁ ਜ਼ਿੰਮੇਵਾਰੀ ਬਣਦੀ ਹੈ ਤੇ ਪਰਿਵਾਰਕ ਮੈਂਬਰਾਂ ਦੀ ਕਿੰਨੀ ਕੁ ਜ਼ਿੰਮੇਵਾਰੀ ਬਣਦੀ ਹੈ ਕਿਹੜੀਆਂ ਹਦਾਇਤਾਂ ਹੋਣੀਆਂ ਚਾਹੀਦੀਆਂ ਕਿਹੜੀਆਂ ਸਾਵਧਾਨੀਆਂ ਜਿਹੜੀਆਂ ਹੋਣੀਆਂ ਚਾਹੀਦੀਆਂ ਉਹ ਬੱਚਿਆਂ ਨੂੰ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਵਰਤਣੀਆਂ ਚਾਹੀਦੀਆਂ ਤਾਂ ਜੋ ਅਜਹੀਆਂ ਘਟਨਾਵਾਂ ਜਿਹੜੀਆਂ ਵਾਧ ਰਹੀਆਂ ਨੇ ਉਹਨਾਂ ਨੂੰ ਠਲ ਪਾਈ ਜਾ ਸਕੇ ਇਸ ਵਿਸ਼ੇ ਦੇ ਨਾਲ ਅੱਜ ਲੋਕਾਂ ਦੇ ਵਿੱਚ ਵਿਚਰਾਂਗੇ ਸਰ ਕੀ ਨਾਮ ਜੀ ਤੁਹਾਡਾ ਹਰਜਿੰਦਰ ਜੀ ਸਰ ਕਿਤਾ ਦੇਖਦੇ ਹਾਂ ਵੀ ਪੰਜਾਬ ਦੀ ਗੱਲ ਕਰ ਲਈ ਜਾਂ ਪੂਰੇ ਦੇਸ਼ ਦੀ ਗੱਲ ਕਰੀਏ ਇਸ ਵਕਤ ਭਾਰਤ ਦੀ ਹੁਣ ਨਵੇਂ ਅੰਕੜੇ ਆਏ ਨੇ ਕਿ 55000 ਤੋਂ ਵੱਧ ਬੱਚੇ ਜਿਹੜੇ ਨੇ ਉਹ ਅਗਵਾ ਹੋਏ ਨੇ ਸਾਲ 2016 ਦੇ ਵਿੱਚ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਕਿਦਾਂ ਦੇਖਦੇ ਇਸ ਜੀ ਇਹਦੇ ਵਿੱਚ ਸਰ ਕੇਸ ਸੁਣ ਕੇ ਤਾਂ ਮੈਨੂੰ ਪਹਿਲੀ ਦਫਾ ਬਹੁਤ ਹਾਰਾ ਨਹੀਂ ਹੋਈ ਹੈ ਕਿ 55000 ਬੱਚੇ ਹੋਏ ਨਹੀਂ ਇਹ ਤਾਂ ਨਹੀਂ ਇਹਦੇ ਵਿੱਚ ਜਿਹੜਾ ਹੈਗਾ ਕਿ ਗਵਰਨਮੈਂਟ ਗਵਰਨਮੈਂਟ ਨੂੰ ਆਪਣੇ ਉਹ ਲੌਂ ਜਿਹੜੀ ਹੈਗੀ ਹੈ ਸਰਕਾਰ ਨੂੰ ਸਖਤ ਜਿਹੜੇ ਰੂਲਸ ਹੈਗੇ ਆ ਰੂਲ ਸਾਰੇ ਕਰਨੇ ਚਾਹੀਦੇ ਆ ਔਰ ਵਿਜੀਲੈਂਸ ਜਿਹੜੀ ਚੀਜ਼ ਹੈਗੀ ਹੈ ਉਹ ਅਵੇਅਰ ਕਰਾਨੀ ਚਾਹੀਦੀ ਹੈ ਤਾਂ ਕਿ ਉਹ ਜਿਹੜੀ ਇਹ ਤੇ ਲੋਕ ਜਿਹੜੇ ਬੱਚਾ ਨੂੰ ਚੁੱਕਦੇ ਨੇ ਉਹਨਾਂ ਨੂੰ ਉਹਨਾਂ ਨੂੰ ਕਿਹੜੀ ਚੀਜ਼ ਹੈਗੀ ਆ ਕਿ ਆਪਣੇ ਹੱਥ ਦੇ ਵਿੱਚ ਲੈਣਾ ਚਾਹੀਦਾ ਤੇ ਲੱਗਦਾ ਇਹ ਸਰਕਾਰ ਸੁੱਤੀ ਹੋਈ ਹੈ ਸਰਕਾਰ ਕਹਿੰਦੇ ਕਿ ਇਹ ਤੇ ਪਹਿਲੀ ਤ ਵਾਰ ਸੁਣਿਆ ਕਿ 55000 ਬੱਚੇ ਇਹ ਸੁਣ ਕੇ ਹੈਰਾਨੀ ਹੋ ਰਹੀ ਹੈ ਕਿ 55000 ਬੱਚੇ ਦਿਸ ਇਜ਼ ਅਮੇਜ਼ਿੰਗ ਐਂਡ ਵੈਰੀ ਵੈਰੀ ਅਸਟਾਨਿਸ਼ਿੰਗ ਜਿਸ तरह ਅਸੀਂ ਗੱਲ ਕਰੀਏ ਆਮ ਤੋਂ ਆਮ ਤੌਰ ਤੇ ਅਸੀਂ ਸਾਰਾ ਸਰਕਾਰ ਤੇ ਸੜਦਨੇ ਆਮ ਲੋਕਾਂ ਦੀ ਕਿੰਨੀ ਕਿ ਜ਼ਿੰਮੇਵਾਰੀ ਬਣਦੀ ਹੈ ਵੀ ਉਹਨਾਂ ਨੂੰ ਕਿੰਨਾ ਕਿ ਸਾਵਧਾਨ ਰਹਿਣਾ ਚਾਹੀਦਾ ਤਾਂ ਜੋ ਬੱਚਿਆਂ ਦੇ ਜਿਹੜੇ ਅਗਵਾ ਕਰਨ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਉਹਨਾਂ ਨੂੰ ਠੱਲ ਰਵੇ ਇਹਨਾਂ ਨੂੰ ਕਿ ਆਪਣੇ ਜਿਹੜੇ ਪੇਰੈਂਟਸ ਹੈਗੇ ਆ ਪੇਰੈਂਟਸ ਨੂੰ ਆਪਣੇ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਬੱਚਾ ਨੂੰ ਵੀ ਅੱਜ ਤੱਕ ਆਪਣੀ ਇਹ ਸਤਰਕ ਰੱਖਣਾ ਚਾਹੀਦਾ ਹੈ ਕਿ ਭਈ ਤੁਸੀਂ ਮਤਲਬ ਬਾਹਰੇ ਬੰਦੇ ਆ ਤਾਂ ਕੱਲ ਮੈਂ ਇੱਕ ਟ੍ਰੈਵਲ ਕਰ ਰਿਹਾ ਸੀ ਮੈਂ ਬੱਚੇ ਨੂੰ ਵੈਸੇ ਹੀ ਗਿਆ ਮੈਂ ਕਿ ਬੇਟਾ ਤੂੰ ਟੌਫੀ ਖਾਏਂਗਾ ਮੈਂ ਤੇ ਟ੍ਰੈਵਲ ਕਰ ਰਿਹਾ ਸੀ ਉਹ ਟ ਲਗਾ ਬੋ ਬੋ ਦੇ ਚਲ ਨਾ ਪਰੈਂਟਸ ਦੀ ਵੀ ਜ਼ਿੰਮੇਵਾਰੀ ਬੰਦੀ ਹੈ ਕਿ ਆਪਣੇ ਬੱਚਾ ਨੂੰ ਵੈਲ ਅਵੇਅਰ ਕਰਾਨ ਕਿ ਕਿਸ ਤਰੀਕੇ ਨਾਲ ਜਾਣਾ ਹੈ ਕਿੱਥੇ ਬੈਠਣਾ ਹੈ ਕਿੱਥੇ ਕਿਆ ਕਰਨਾ ਹੈ ਇਹ ਪਰੈਂਟਸ ਦੀ ਵੀ ਜ਼ਿੰਮੇਵਾਰੀ ਹੈ ਪਰ ਸਭ ਤੋਂ ਵੱਡੀ ਜ਼ਿੰਮੇਵਾਰੀ ਸਰਕਾਰ ਦੀ ਹੈ ਕਿ ਵੀ ਇਸ ਹੁਣ ਕੇ ਜਿਹੜਾ ਇਹ ਅੰਕੜਾ ਹੈ ਇਹ ਸੁਣ ਕੇ ਹੈਰਾਨ ਹਸੀ ਬਾਹਰ ਰਹਨੇ ਤੇ ਸਾਨੂੰ ਇਹ ਅਜ ਪਤਾ ਲੱਗ ਰਿਹਾ ਹੈ ਕਿ ਵੀ ਇੰਡੀਆ ਦੇ ਵਿੱਚ ਇਹ ਹਰਕਤ ਹੋ ਰਹੀ ਹੈ ਕੀ ਨਾਮ ਜੀ ਤੁਹਾਡਾ ਚਰਨਜੀਤ ਕੌਰ ਮੈਮ ਕਿਦਾਂ ਦੇਖਦੇ ਬੱਚਿਆਂ ਦੀ ਅਗਵਾ ਕਰਨੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਕੀ ਕਾਰਨ ਸਮਝਦੇ ਆ ਤੇ ਕਿਦਾਂ ਇਹਨਾਂ ਤੋਂ ਬਚਿਆ ਜਾ ਸਕਦਾ ਦੇਖੋ ਜੀ ਜਿਹੜੇ ਬੱਚਿਆਂ ਨੂੰ ਅਗਵਾ ਕਰਦੇ ਆ ਉਹ ਤਾਂ ਉਹਦੇ ਉਹਦੇ ਵਾਸਤੇ ਕਰਦੇ ਆ ਕਿ ਉਹਨਾਂ ਤੋਂ ਮੰਗਵਾਣਾ ਹੈ ਭੀਖ ਮੰਗਵਾਨੀ ਹੈ ਹੈਨਾ ਤੇ ਉਹਨਾਂ ਨੂੰ ਰੋਕ ਸਕਦੇ ਆ ਕਿ ਜਦੋਂ ਅਸੀਂ ਬੱਚੇ ਸਾਡੇ ਬਾਹਰ ਜਾਂਦੇ ਆ ਤਾਂ ਉਹਨਾਂ ਨੂੰ ਅਸੀਂ ਅਵੇਅਰ ਕਰੀਏ ਕਿ ਜਿਹੜਾ ਅਣਜਾਣ ਬੰਦਾ ਹੈ ਉਹਦੇ ਕੋਲ ਕਿਤੇ ਖੜੇ ਨਹੀਂ ਹੋਣਾ ਇੱਕ ਉਹ ਜੇ ਕੋਈ ਚੀਜ਼ ਦਿੰਦੇ ਆ ਲੇਕਿਨ ਉਹ ਖਾਣੀ ਨਹੀਂ ਹੈ ਉਹਨਾਂ ਤੋਂ ਬਿਲਕੁਲ ਵੀ ਜੇ ਤੁਹਾਨੂੰ ਲੱਗਦਾ ਹੈ ਕਿ ਉਹ ਤੁਹਾਡੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰ ਰਹੀਆਂ ਤਾਂ ਉੱਥੋਂ ਸ਼ੋਰ ਮਚਾ ਕੇ ਭੱਜੋ ਤੁਸੀਂ ਬੱਚਿਆਂ ਨੂੰ ਅਸੀਂ ਇੰਨੇ ਹੀ ਗਾਈਡ ਕਰਦੇ ਆ ਆਪਣੇ ਆਪ ਅਪੀਅਰੈਂਸ ਦੀ ਬੜੀ ਜ਼ਿੰਮੇਵਾਰੀ ਬਣ ਜਾਂਦੀ ਹੈ ਉਸ ਦੇ ਨਾਲ ਜੇ ਅਸੀਂ ਸਰਕਾਰ ਦੀ ਦੇਖੀਏ ਕਿਉਂਕਿ ਕੇਸ ਜਿਹੜੇ ਆ ਲਗਾਤਾਰ ਵਧਦੇ ਜਾ ਰਹੇ ਨੇ 14 ਦੇ ਵਿੱਚ ਕਾਫੀ ਸੀਗੇ ਉਸ ਤੋਂ ਬਾਅਦ ਲਗਾਤਾਰ ਇਜ਼ਾਫਾ ਹੋ ਰਿਹਾ ਹੁਣ ਜਿਹੜੀ ਨਵੀਂ ਰਿਪੋਰਟ ਆਈ ਉਹਦੇ ਵਿੱਚ 55000 ਤੱਕ ਅੰਕੜਾ ਪਹੁੰਚ ਗਿਆ 1 ਸਾਲ ਦੇ ਵਿੱਚ ਸਰਕਾਰ ਨੂੰ ਕਿੰਨਾ ਕੀ ਉਪਰਾਲੇ ਕਰਨੇ ਚਾਹੀਦੇ ਤਾਂ ਜੋ ਇਹ ਜਿਹੇ ਕਿਸ ਤਰ੍ਹਾਂ ਜਿਹੜੇ ਵਧਦੇ ਜਾ ਰਹੇ ਉਹਨਾਂ ਤੋਂ ਬਚਿਆ ਜਾ ਸਕੇ ਜਿਹੜੀ ਗਰੀਬੀ ਹੈ ਉਹੀ ਮੇਨ ਕਾਰਨ ਹੈ ਕਿ ਬੱਚੇ ਨੂੰ ਕਿਡਨੈਪ ਕਰਦੇ ਆ ਫਿਰ ਉਹਨਾਂ ਤੋਂ ਪੀਖ ਮੰਗਵਾਂਦੇ ਮੇਨ ਤੇ ਹੀ ਹੈ ਕਿ ਉਹਨਾਂ ਤੋਂ ਪੈਸੇ ਇਕੱਠੇ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਗਵਰਨਮੈਂਟ ਨੂੰ ਚਾਹੀਦਾ ਕਿ ਅਰਨਿੰਗ ਹੈ ਉਹੀ ਉਹਨਾਂ ਦਾ ਵਸੀਲਾ ਬਣ ਜਾਂਦਾ ਗਵਰਨਮੈਂਟ ਨੂੰ ਚਾਹੀਦਾ ਕਿ ਜਿਹੜੇ ਇਦਾਂ ਦੇ ਲੋਕ ਹੈ ਮਤਲਬ ਬਹੁਤ ਜ਼ਿਆਦਾ ਗਰੀਬ ਹੈ ਉਹਨਾਂ ਨੂੰ ਸਪੋਰਟ ਕਰੇ ਕੋਈ ਉਹਨਾਂ ਨੂੰ ਉਹ ਦਵੇ business ਆਪਣਾ ਕੰਮ ਸ਼ੁਰੂ ਕਰਨ ਲਈ ਉਹਨਾਂ ਨੂੰ ਅਵੇਅਰ ਕਰੇ ਜਾਂ ਉਹਨਾਂ ਨੂੰ ਸਿਖਾਵੇ ਕੋਈ ਆਪਣਾ ਕੰਮ ਦਾ ਸ਼ੁਰੂ ਕਰ ਸਕੇ ਜਿਹਦੇ ਨਾਲੇ ਇਸ ਚੀਜ਼ ਤੋਂ ਬਚਿਆ ਜਾ ਸਕੇ ਨਾ ਤਾਂ ਬੱਚੇ ਚੁੱਕੇ ਜਾਣ ਤੇ ਉਹਨਾਂ ਨੂੰ ਵੀ ਰੋਜ਼ਗਾਰ ਮਿਲੇ ਤੇ ਉਹਨਾਂ ਨੂੰ ਜ਼ਰੂਰਤ ਹੀ ਨਾ ਪਵੇ ਇਸ ਚੀਜ਼ ਦੀ ਨਾਲ ਦੀ ਨਾਲ ਸੁਰੱਖਿਆ ਨੂੰ ਵੀ ਵਧਾਉਣਾ ਚਾਹੀਦਾ ਤੁਹਾਡੇ ਬਿਲਕੁਲ ਸੁਰੱਖਿਆ ਨੂੰ ਵਧਾਉਣਾ ਚਾਹੀਦਾ ਜਿਹੜੀ ਪੁਲਿਸ પેટ્રોલਿੰਗ ਕਰਦੀ ਹੈ ਉਹ ਮੇਨ ਤਾਂ ਇਹ ਹੈ ਕਿ ਇੱਕ ਥਾਂ ਤੇ ਖੜੇ ਹੋ ਜਾਂਦੇ ਆ ਉਹਨਾਂ ਨੂੰ ਘੁੰਮਣਾ ਚਾਹੀਦਾ ਹੈ ਜ ਗਲੀਆਂ ਚ ਵੀ ਘੁੰਮੋ ਜਿੱਦਾਂ ਰੋਡਸ ਬਣੀਆਂ ਹੋਈਆਂ ਖੁੱਲੀਆਂ ਗਲੀਆਂ ਪੇਰੈਂਟਸ ਹੈ ਕਿ ਸਾਰੇ ਆਪਣੇ ਆਪਣੇ ਘਰਾਂ ਵਿੱਚ ਹੁੰਦੇ ਗਰਮੀਆਂ ਵਿੱਚ ਤਾਂ ਨਾ ਜ਼ਿਆਦਾਤਰ ਵਰਕਿੰਗ ਹੈ ਵਰਕਿੰਗ ਉਹਨੇ ਬੱਚੇ ਦਿਨੇ ਖੇਡਦੇ ਹੁੰਦੇ ਆ ਉਦਿਲੀ ਗਵਰਨਮੈਂਟ ਨੂੰ ਚਾਹੀਦਾ ਨਾ ਕਿ ਸੁਰੱਖਿਆ ਦੇ ਪ੍ਰਬੰਧ ਹੈ ਜਿਹੜੇ ਉਹ ਥੋੜੇ ਜੇ ਸਖਤ ਕਰੇ ਜਾਣ ਜੀ ਕੀ ਨਾਮ ਜੀ ਤੁਹਾਡਾ ਕੁਸਮ ਅਸਵਾਲ ਮੈਮ ਕਿਦਾਂ ਤੁਸੀਂ ਦੇਖਦੇ ਆਂ ਵੀ ਲਗਾਤਾਰ ਜਿਹੇ ਕੇਸਿਸ ਵਧਦੇ ਜਾ ਰਹੇ ਨੇ ਬੱਚਿਆਂ ਦੇ ਮਾਤਾ ਪਿਤਾ ਦੀ ਕਿੰਨੀ ਜ਼ਿੰਮੇਵਾਰੀ ਆ ਸਰਕਾਰ ਦੀ ਕਿੰਨੀ ਜ਼ਿੰਮੇਵਾਰੀ ਆ ਕਿਦਾਂ ਇਹਨਾਂ ਤੋਂ ਬਚਿਆ ਜਾ ਸਕੇ ਮਾਪੇ ਦੀ ਜ਼ਿੰਮੇਵਾਰੀ ਹੈ ਕਿ ਵੀ ਉਹਨਕੋ ਪੂਰੀ ਤਰ੍ਹਾਂ ਸੇ ਗਾਈਡੈਂਸ ਕਰੇ ਕਿ ਵੀ ਬੱਚੇ ਕੋ ਕਿਆ ਕਰਨਾ ਚਾਹੀਏ ਕਿਵੇਂ ਬਾਹਰ ਜਾਣਾ ਚਾਹੀਏ ਕਿਸੇ ਦਾ ਦੀਆਵਾ ਨਹੀਂ ਲੈਣਾ ਚਾਹੀਏ ਠੀਕ ਹੈ ਉਹਨਕੋ ਪ੍ਰੋਪਰ ਗਾਈਡੈਂਸ ਕਰਮ ਗਾਈਡੈਂਸ ਕਰਨੀ ਚਾਹੀਏ ਸਰਕਾਰ ਦੀ ਕਿੰਨੀ ਕਿ ਜ਼ਿੰਮੇਵਾਰੀ ਤੁਹਾਡੇ ਹਿਸਾਬ ਨਾਲ ਕਿਉਂਕਿ ਕੇਸਸ ਲਗਾਤਾਰ ਵਧੇ ਜਾ ਰਹੇ ਨੇ 55000 ਬਹੁਤ ਵੱਡਾ ਅੰਕੜਾ ਹੁੰਦਾ ਸਾਲ 2016 ਦੀ ਇਹ ਅੰਕੜੇ ਸਾਹਮਣੇ ਆਏ ਨੇ 17 ਦੇ ਹਲੇ ਅੱਗੇ ਆਉਣੇ ਨੇ ਕਿੱਦਾਂ ਦੇਖਦੇ ਇਸ ਚੀਜ਼ ਨੂੰ ਸਰਕਾਰ ਦੀ ਕਿੰਨੀ ਕਿ ਜ਼ਿੰਮੇਵਾਰੀ ਸਰਕਾਰ ਕੀ ਜ਼ਿੰਮੇਵਾਰੀ ਹੈ ਸਕੂਲਾਂ ਮੇਂ ਸਪੈਸ਼ਲ ਅਵੇਅਰਨੈਸ ਕੈਂਪ ਵੀ ਲਗਾਉਣੇ ਚਾਹੀਏ ਮੋਹੱਲੇ ਮੇਂ ਵੀ ਐਸੇ ਜਹਾਂ ਪੇ ਇਹ ਘਟਨਾਏ ਹੋ ਰਹੀ ਹੈ ਵਹਾਂ ਪੇ ਵੀ ਅਵੇਅਰਨੈਸ ਕੈਂਪ ਲਗਾਉਣੇ ਚਾਹੀਏ ਆਪਣੀ ਤਰ੍ਹਾਂ ਸੇ ਪੁਲਿਸ ਪ੍ਰੋਟੈਕਸ਼ਨਸ ਵੀ ਰੱਖਣੀ ਚਾਹੀਏ ਔਰ ਨਾਲ ਨਾਲ ਉਹਨਾਂ ਕੋ ਐਸੇ ਕੇਸ ਜੋ ਹੋ ਰਹੇ ਹਨ ਕੀ ਜਾਣਕਾਰੀ ਕਿ ਇਹਨਾਂ ਸੇ ਐਸੇ ਐਸੇ ਘਟਨਾਏ ਵਧਤੀ ਜਾ ਰਹੀ ਹੈ ਇਸ ਵਿੱਚ ਬੱਚੋਂ ਕੋ ਪੂਰਾ ਅਵੇਅਰ ਕਰਾਣਾ ਚਾਹੀਏ ਕਿ ਐਸੇ ਕਰਨੇ ਸੇ ਐਸੇ ਹੋ ਜਾਏਗਾ ਤਾਂ ਇਹ ਰੁਕ ਚਾਹੀਏ। ਯਾਨੀ ਕਿ ਕਿਤਨੇ ਕਿਤਨੇ ਸਰਕਾਰ ਜੇ ਕੇਸਸ ਵਧਦੇ ਜਾ ਰਹੇ ਹਨ ਉਹਨਾਂ ਤੇ ਵੀ ਸਰਕਾਰ ਨੂੰ ਨਜ਼ਰ ਰੱਖਣੀ ਚਾਹੀਦੀ ਕਿਉਂ ਇਦਾਂ ਦੇ ਕੇਸਸ ਵਧਦੇ ਜਾ ਰਹੇ ਨੇ? ਕੀ ਨਾਮ ਜੀ ਤੁਹਾਡਾ? ਨੀਲਮ। ਮੈਂ ਕਿਦਾਂ ਦੇਖਦੇ ਆ ਤੁਸੀਂ ਕਿਦਾਂ ਹੱਲ ਹੋ ਸਕਦਾ ਇਦਾਂ ਦਾ ਵੀ ਬੱਚੇ ਜਿਹੜੇ ਲਗਾਤਾਰ ਕਿਡਨੈਪ ਹੋ ਰਹੇ ਨੇ ਕਿਦਾਂ ਬਚਾ ਜਾ ਸਕਦਾ ਇਹੀਆਂ ਘਟਨਾਵਾਂ। ਸਰ ਇਹ ਅਨਇੰਪਲੋਇਮੈਂਟ ਕਰਕੇ ਵੀ ਮੇਨ ਹੋ ਰਿਹਾ ਹੈ। ਠੀਕ ਹੈ ਲੋਕਲ ਅਮਪਲॉयਮੈਂਟ ਕੋਈ ਨਹੀਂ ਹੈ ਤੇ ਲੋਕੀ ਸੋਚਦੇ ਅਸੀਂ ਇਹਨਾਂ ਨੂੰ ਕਿਡਨੈਪ ਕਰ ਲਈਏ ਇਹਨਾਂ ਦੇ ਪੇਰੈਂਟਸ ਨੂੰ ਧਮਕੀਆਂ ਦੇਈਏ ਤੇ ਉਸ ਤੋਂ ਬਾਅਦ ਹੀ ਅਸੀਂ ਕੁਝ ਪੈਸੇ ਕਮਾ ਸਕਦੇ ਹਾਂ ਠੀਕ ਹੈ ਤੇ ਸਰਕਾਰ ਨੂੰ ਵੀ ਚਾਹੀਦਾ ਥੋੜਾ ਜਿਹਾ ਇਸ ਵੱਲ ਜ਼ਿਆਦਾ ਧਿਆਨ ਦਿੱਤਾ ਜਾਵੇ ਠੀਕ ਹੈ ਤੇ ਅਮਪਲॉयਮੈਂਟ ਦਿੱਤੀ ਜਾਵੇ ਤੇ ਪੁਲਿਸ ਦੀ ਵੀ ਪ੍ਰੋਟੈਕਸ਼ਨ ਹੋਣੀ ਚਾਹੀਦੀ ਹੈ ਇਹਦੇ ਵਿੱਚ ਬੜਾ ਗੰਭੀਰ ਵਿਸ਼ਾ ਹੈ ਕਿ ਬੱਚੇ ਲਗਾਤਾਰ ਅਗਵਾ ਹੋ ਰਹੇ ਨੇ ਤੇ ਪ੍ਰਸ਼ਾਸਨ ਤੇ ਆਮ ਲੋਕਾਂ ਦੀ ਕਿੰਨੀ ਜ਼ਿੰਮੇਵਾਰੀ ਹੈ ਇਹ ਸਵਾਲ ਲੈ ਕੇ ਲੋਕਾਂ ਦੇ ਵਿੱਚ ਵਿਚਾਰੇ ਆ ਕੀ ਨਾਮ ਜੀ ਤੁਹਾਡਾ ਮੋਹਨ ਸਿੰਘ ਜੀ ਚੰਡੀਗੜ੍ਹ ਤੋਂ ਬੋਲ ਰਹੀ ਸਰ ਕਿੱਦਾਂ ਦੇਖਦੇ ਹੋ ਬੱਚਿਆਂ ਦੇ ਲਗਾਤਾਰ ਅਗਵਾ ਹੋਣ ਦੀਆਂ ਘਟਨਾਵਾਂ ਵਾਧੀਆਂ ਜਾ ਰਹੀਆਂ ਨੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਕਿੰਨੀ ਬਣਦੀ ਹੈ ਆਮ ਲੋਕਾਂ ਦੀ ਜ਼ਿੰਮੇਵਾਰੀ ਕਿੰਨੀ ਬਣਦੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਠੱਲ ਪਾਈ ਜਾ ਸਕੇ ਇਸ ਦੇ ਵਿੱਚ ਜੀ ਪ੍ਰਸ਼ਾਸਨ ਦੀ ਵੀ 50% ਜ਼ਿੰਮੇਵਾਰੀ ਬਣਦੀ ਹੈ ਤੇ ਇਸ ਤੋਂ ਇਲਾਵਾ ਜਿਹੜੇ ਪੇਰੈਂਟਸ ਹੈ ਜਾਂ ਹੋਰ ਕੇ ਟੇਕਰ ਨੇ ਉਹਨਾਂ ਦੀ ਵੀ 50% ਡਿਊਟੀ ਬਣਦੀ ਹੈ ਤੇ ਤਾਂ ਕਿ ਇਸ ਇਹਦੇ ਅੰਕੜੇ ਇਹਨਾਂ ਨੂੰ ਘਟਾਇਆ ਜਾ ਸਕੇ ਇਸ ਤੋਂ ਇਲਾਵਾ ਇੱਕ ਨਾ ਗੈਂਗਸ ਹੁੰਦੇ ਨੇ ਜਿਹੜੇ ਕਿ ਇਹੀ ਕੰਮ ਕਰਦੇ ਨੇ ਤੇ ਜੇ ਉਹਨਾਂ ਗੈਂਗਸ ਨੂੰ ਆਪਾਂ ਲੱਭ ਕੇ ਉਹਨਾਂ ਨੂੰ ਬਸਟ ਕਰ ਦਈਏ ਉਹਨਾਂ ਨੂੰ ਆਪਾਂ ਖਤਮ ਕਰ ਦਈਏ ਉਹਨਾਂ ਦਾ ਪਤਾ ਲਗਾ ਲਈਏ ਉਹ ਸਭ ਤੋਂ ਵੱਡੀ ਕਾਮਯਾਬੀ ਸਾਡੀ ਇਹੀ ਹੋਵੇਗੀ ਜਦੋਂ ਗੈਂਗ ਹੀ ਬਸਟ ਹੋ ਜਾਵੇਗਾ ਫਿਰ ਉਹ ਜਿਹੜੀ ਇਸ ਤਰ੍ਹਾਂ ਦੀ ਕਿਡਨੈਪਿੰਗ ਘਟ ਜਾਵੇਗੀ ਤੁਹਾਨੂੰ ਕੀ ਲੱਗਦਾ ਇਦਾਂ ਦੇ ਕੇਸ ਵਾਧੇ ਕਿਉਂ ਜਾਣੇ ਲੱਗਦਾ ਇਹ ਵਾਧੇ ਇਹਦੇ ਕਾਰਨ ਹੈਗੇ ਵੀ ਇੱਕ ਤਾਂ ਇਹਨਾਂ ਦੀ ਸੇਲ ਵੀ ਕੀਤੀ ਜਾਂਦੀ ਹੈ ਜੇ ਮੈਂ ਮਰਦਾ ਉਹਨਾਂ ਨੂੰ ਇੰਪਲਾਈਮੈਂਟ ਸਮਝ ਲੋ ਜਾਂ ਇਜ਼ੀ ਉਹਨਾਂ ਬੰਦਿਆਂ ਦੀ ਜਿਹਨਾਂ ਗੈਂਗਸ ਐ ਉਹਨਾਂ ਦੀ ਇਜ਼ੀ ਅਰਨਿੰਗ ਐ ਉਹਨਾਂ ਨੂੰ ਇਹੀ ਕੰਮ ਦਾ ਸੁੱਖ ਪੈ ਗਿਆ ਤੇ ਉਹ ਫਿਰ ਇਹਦੇ ਚ ਕੀ ਕਰਦੇ ਇਸ ਦੇ ਚ ਬੱਚਿਆਂ ਦੀ ਸੇਲ ਕਰਕੇ ਉਹ ਪੈਸੇ ਵੀ ਕਮਾਉਂਦੇ ਐ ਇਹਦਾ ਵਧਣ ਦਾ ਕਾਰਨ ਇਹ ਵੀ ਹੈ ਕਿਉਂਕਿ ਇਜ਼ੀ ਉਹਨਾਂ ਦਾ ਕੰਮ ਐ ਪੁਰਾਣਾ ਤੇ ਇਹ ਕੰਮ ਕਰਕੇ ਉਹ ਚੰਗੇ ਪੈਸੇ ਕਮਾ ਲੈਂਦੇ ਹੋਣਗੇ ਚੇਨ ਨੂੰ ਕਿਡਨਾਪ ਕਰਕੇ ਉਹਨਾਂ ਤੋਂ ਫੇਰ ਕੰਮ ਕਰਵਾਇਆ ਜਾਂਦਾ ਕੰਮ ਵੀ ਕਰਵਾਇਆ ਜਾਂਦਾ ਉਹਨਾਂ ਤੋਂ ਉਹਨੂੰ ਤਾਂ ਕੰਮ ਕਰਾਇਆ ਜਾਂਦਾ ਫਰੀ ਆਫ ਕੋਸਟ ਉਹਨਾਂ ਨੂੰ ਸਿਰਫ ਖਾਣਾ ਹੀ ਦਿੱਤਾ ਜਾਂਦਾ ਉਹਨਾਂ ਨੂੰ ਕਿਤੇ ਦੂਰ ਦਰਾਡੇ ਲੈ ਜਾਂਦੇ ਨੇ ਜਿੱਥੋਂ ਬੱਚੇ ਆਪਣਾ ਏਰੀਆ ਹੀ ਭੁੱਲ ਜਾਂਦੇ ਨੇ ਤੇ ਵਾਪਸ ਨਹੀਂ ਆ ਸਕਦੇ ਤੇ ਉੱਥੇ ਸਾਰੀ ਉਮਰ ਜਦ ਤੱਕ ਉਹ ਰਹਿੰਦੇ ਨੇ ਉਹਨਾਂ ਕੋਲੋਂ ਧਰਾਤ ਮਕਾ ਕੇ ਭੀ ਭੀਖ ਵੀ ਮੰਗਾਈ ਜਾਂਦੀ ਆ ਤੇ ਜਿਆਦਾ ਭੀ ਮੰਗਾਈ ਜਾਂਦੀ ਹੈ ਬਾਕੀ ਜਿੱਦਾਂ ਦਾ ਬੱਚੇ ਦਾ ਏਜ ਹੁੰਦੀ ਹੈ ਉਹ ਏਜ ਗਰੁੱਪ ਚ ਬੱਚੇ ਤੋਂ ਕੰਮ ਵੀ ਲਿਆ ਜਾਂਦਾ ਕੀ ਨਾਮ ਜੀ ਤੁਹਾਡਾ ਦਿਪਕ ਹੈ ਜੀ ਕਿੱਦਾਂ ਦੇਖਦੇ ਸਰ ਤੁਸੀਂ ਵੀ ਕਿਉਂ ਇਹ ਕੇਸ ਲਗਾਤਾਰ ਵੱਧੇ ਜਾ ਰਹੇ ਨੇ ਤੇ ਕਿਦਾਂ ਅਸੀਂ ਇਹਨਾਂ ਕੇਸਾਂ ਤੋਂ ਬਚ ਸਕਦੇ ਬਚੰਦਤਾ ਦਾ ਇਹ ਵੀ ਮਤਲਬ ਇਹ ਜਿਹੜੀ ਐਕਸਪੈਟਰੇਸ਼ਨ ਹੋ ਰਹੀ ਹੈ ਜੀ ਮਤਲਬ ਇਹ ਕਿ ਜਿਵੇਂ ਸਾਡੀ ਨੇ ਕਿਹਾ ਗੈਂਗਸਟਰ ਹੈਗੇ ਜੀ ਇਹ ਲੈ ਜਾਂਦੇ ਆ ਮਤਲਬ ਬਾਹਰ ਲੈ ਜਾਂਦੇ ਆ ਇਹ ਉਸ ਤੋਂ ਬਾਅਦ ਆਪਣਾ ਐਕਸਪੈਟਰੇਸ਼ਨ ਹੁੰਦੀ ਹੈ ਜੀ ਬੱਚਿਆ ਕਿਦਾਂ ਜਾ ਸਕਦਾ ਕੀ ਸਾਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਤਾਂ ਜੋ ਬੱਚਿਆਂ ਦੀ ਜਿਹੜੀਆਂ ਕਿਡਨਾਪਿੰਗ ਹੋ ਰਹੀਆਂ ਅਗਵਾ ਕੀਤੇ ਜਾ ਰਹੇ ਨੇ ਉਹਨਾਂ ਤੋਂ ਬਚਿਆ ਜਾ ਸਕੇ ਤਲਵੇ ਕਿ ਵੀ ਮਤਲਬ ਗੈਂਗਸਟਰ ਨੂੰ ਇਹ ਕੰਟਰੋਲ ਕੀਤਾ ਜਾਏ ਗੈਂਗਸਟਰ ਜਿਹੜੇ ਉਹਨੂੰ ਖਤਮ ਕੀਤਾ ਜਾਏ ਜੀ ਤਾਂ ਕਿ ਗੱਲ ਹੋਈ ਨਾ ਜੀ ਇਹ ਆਮ ਜੇ ਅਸੀਂ ਲੋਕਾਂ ਦੀ ਗੱਲ ਕਰ ਲਈ ਮਾਤਾ ਪਿਤਾ ਦੀ ਕਿੰਨੀ ਕਿ ਜ਼ਿੰਮੇਵਾਰੀ ਬਣਦੀ ਹੈ ਵੀ ਬੱਚਿਆਂ ਨੂੰ ਕੀ ਕੀ ਸਿਖਾਇਆ ਜਾਵੇ ਜਾਂ ਕੀ ਸਮਝਾਇਆ ਜਾਵੇ ਤਾਂ ਜੋ ਅਜਿਹੇ ਘਟਨਾਵਾਂ ਤੋਂ ਬਚ ਸਕਾਂ ਪੇਰੈਂਟਸ ਹੀ ਹੱਦਾਂ ਜੀ ਪੇਰੈਂਟਸ ਤਾਂ ਮਤਲਬ ਓਵਰਆਲ ਇਨ ਚਾਰਜ ਹੈ ਓਵਰਆਲ ਮਤਲਬ ਗਾਈਡਲਾਈਨ ਹੈ ਉਹਨਾਂ ਦੀ ਮਤਲਬ ਗਵਰਨਮੈਂਟ ਨੂੰ ਵੀ ਸ਼ੇਅਰ ਮਤਲਬ ਬੰਦਾ ਉਹਨਾਂ ਦਾ ਸ਼ੇਅਰ ਬੰਦਾ ਜੀ ਮੁਤੀ ਗਵਰਨਮੈਂਟ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਵੀ ਤਾਂ ਜੋ ਅਜਿਹੇ ਕੇਸ ਘੱਟ ਸਕਣ। ਬਿਲਕੁਲ ਠੀਕ ਹੈ ਜੀ। ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਗੁਰਮੀਤ ਸਿੰਘ ਹੈ ਜੀ। ਸਰ ਬੱਚਿਆਂ ਦੀ ਅਗਵਾ ਹੋਣ ਦੇ ਕੇਸਿਸ ਲਗਾਤਾਰ ਵੱਧੇ ਜਾ ਰਹੇ ਨੇ। ਆਂਕੜੇ ਇਹ ਦੱਸ ਰਹੇ ਨੇ ਗ੍ਰਹਿ ਮੰਤਰਾਲੇ ਦੀ ਰਿਪੋਰਟ ਆਈ ਹੈ। ਕਿੱਦਾਂ ਦੇਖਦੇ ਆ ਅਜਿਹੇ ਮਾਮਲਿਆਂ ਨੂੰ ਤੇ ਕਿੱਦਾਂ ਇਹਨਾਂ ਤੋਂ ਬਚਿਆ ਜਾ ਸਕਦਾ? ਇਹ ਆਮ ਲੋਕਾਂ ਦੀ ਕਿੰਨੀ ਕਿ ਜ਼ਿੰਮੇਵਾਰੀ ਹੈ? ਸਭ ਤੋਂ ਪਹਿਲਾਂ ਤਾਂ ਮੇਰੇ ਹਿਸਾਬ ਨਾਲ ਪੇਰੈਂਟਸ ਦੀ ਜ਼ਿੰਮੇਵਾਰੀ ਹੈ। ਫਸਟ ਕੋਈ ਆਪਣੇ ਬੱਚਿਆਂ ਦੇ ਉੱਪਰ ਪੂਰੀ ਨਜ਼ਰ ਰੱਖਣ। ਉਹਨਾਂ ਦੇ ਜਿੰਨਾ ਹੋ ਸਕੇ ਉਹਨਾਂ ਦੇ ਨਾਲ ਰਹਿਣ ਹੋ ਸਕੇ ਤਾਂ ਖੁਦ ਉਹ ਜਿਵੇਂ ਸਕੂਲ ਦੇ ਵਿੱਚ ਜਾਣਾ ਹੈ ਤਾਂ ਬੱਚਿਆਂ ਨੂੰ ਖੁਦ ਡ੍ਰੌਪ ਕਰਨ ਸਕੂਲ ਚੋਂ ਖੁਦ ਪਿਕ ਕਰਨ ਉਹਨਾਂ ਦੀ ਐਕਟੀਵਿਟੀ ਤੇ ਵੀ ਨਜ਼ਰ ਰੱਖੀ ਜਾਵੇ ਕਿਉਂਕਿ ਇੱਕ ਮੈਂ ਤਾਂ ਕਹਿ ਰਹੇ ਹਾਂ ਕਿਉਂਕਿ ਮੈਂ 12 ਸਾਲ ਤੋਂ ਖੁਦ ਇਹ ਕੰਮ ਕਰ ਰਹੇ ਹਾਂ ਔਰ ਮੇਰੇ ਬੱਚੇ ਬਹੁਤ ਸਿਆਣੇ ਹੈ ਮੇਰੇ ਨਾਲ ਪੂਰੇ ਅਟੈਚ ਹੈ ਮੈਂ ਵੱਧ ਤੋਂ ਵੱਧ ਸਮਾਂ ਆਪਣੇ ਬੱਚਿਆਂ ਦੇ ਨਾਲ ਬਿਤਾਉਣਾ ਹੈ ਉਹਨਾਂ ਨੂੰ ਚੰਗਾ ਕੀ ਹੈ ਮਾੜਾ ਕੀ ਹੈ ਇਹ ਵੀ ਮੈਂ ਦੱਸਦਾ ਹਾਂ ਬਾਕੀ ਤਾਂ ਰੱਬ ਨੇ ਕਰਨਾ ਜੋ ਕਰਨਾ ਪਰ ਜੋ ਮੇਰੀ ਡਿਊਟੀ ਹੈ ਉਹ ਮੈਂ ਪੂਰੀ ਹੁਣ ਤੱਕ ਨਿਭਾ ਰਹੇ ਹਾਂ ਔਰ ਮੇਰੇ ਬੱਚੇ इवन ਇਹ ਕਹਿਣਾ ਬਣਦਾ ਮੇਰਾ ਬੇਟਾ IIT ਸੈਲੈਕਟ ਹੋ ਚੁੱਕਿਆ ਹੈ। ਮਤਲਬ ਮੇਰੀ ਕ리어 ਦੇ ਨਾਲ ਜਿਹੜੇ ਕਿ ਬੱਚਿਆਂ ਨੂੰ ਜੇ ਸੰਭਾਲਣਾ ਜੇ ਅਜਿਹੇ ਕੇਸਾਂ ਤੋਂ ਬਚਣਾ ਤਾਂ ਮਾਤਾ ਪਿਓ ਤਾਂ ਉਹਨੂੰ ਸਭ ਤੋਂ ਪਹਿਲਾਂ ਅਹਿਮ ਜ਼ਿੰਮੇਵਾਰੀ ਨਾ ਬਣਦੀ। ਪਰ ਇਹ ਜੋ ਮੈਂ ਮੇਰੇ ਹਿਸਾਬ ਨਾਲ ਪ੍ਰਾਇਰ ਡਿਊਟੀ ਹੈ ਉਹ ਮਾਪਿਓ ਦੀ ਹੈ ਕਿਉਂਕਿ ਮਾਪਿਓ ਦੇ ਕੋਲੇ ਹੀ ਬੱਚਾ ਰਹਿੰਦਾ ਹੈ। ਮਾਪਿਓ ਦੇ ਘਰ ਦੇ ਵਿੱਚ ਰਹਿੰਦਾ ਹੈ। ਕੀ ਕਰ ਰਿਹਾ ਬੱਚਾ ਕਿਸ ਤਰ੍ਹਾਂ ਦੀ ਐਕਟੀਵਿਟੀ ਕਰ ਰਿਹਾ ਹੈ ਕਿੰਨਾ ਕੁ ਬਾਹਰ ਜਾਂਦਾ ਹੈ ਕਿਹੇ ਜੇ ਬੱਚਿਆਂ ਦੇ ਨਾਲ ਮਤਲਬ ਘੁੰਮਦਾ ਹੈ। ਇਹ ਪਹਿਲਾਂ ਮਾਪਿਓ ਤੋਂ ਹੀ ਸਟਾਰਟ ਕਰਨਾ ਪੈਗਾ। ਜੇ ਅਸੀਂ ਪ੍ਰਸ਼ਾਸਨ ਦੀ ਗੱਲ ਕਰ ਲਈ ਪ੍ਰਸ਼ਾਸਨ ਨੂੰ ਕਿੰਨੀ ਇੱਕ ਜ਼ਿੰਮੇਵਾਰੀ ਨਾ ਹੋਣੀ ਚਾਹੀਦੀ ਕੀ ਕੀ ਕਰਨਾ ਚਾਹੀਦਾ ਉਪਰਾਲੇ ਕੀ ਕਰਨੇ ਚਾਹੀਦੇ ਪ੍ਰਸ਼ਾਸਨ ਤਾਂ ਹੁਣ ਪ੍ਰਸ਼ਾਸਨ ਬੱਚੇ ਦੇ ਮਗਰ ਮਗਰ ਤਾਂ ਘੁੰਮ ਨਹੀਂ ਸਕਦਾ ਪਰ ਜੇ ਕੋਈ ਘਟਨਾ ਘਟਦੀ ਹੈ ਤਾਂ ਪ੍ਰਸ਼ਾਸਨ ਨੂੰ ਵੀ ਜੋ ਵੀ ਪੁਲਿਸ ਦੀ ਜਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਗਵਰਨਮੈਂਟ ਦੇ ਰੂਲਸ ਰੈਗੂਲੇਸ਼ਨਸ ਹੈ ਉਹਦੇ ਅਕੋਰਡਿੰਗ ਉਹਨੂੰ ਪੂਰਾ ਸਟ੍ਰਿਕਟ ਕੰਮ ਕਰਨਾ ਚਾਹੀਦਾ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਕੀ ਨਾਮ ਜੀ ਤੁਹਾਡਾ ਮੇਰਾ ਪੈਰਲਲ ਨਾਮ ਹੈ ਕਿੱਦਾਂ ਦੇਖਦੇ ਹੋ ਬੱਚਿਆਂ ਦੇ ਅਗਵਾ ਹੋਣ ਦੇ ਕੇਸਿਸ ਲਗਾਤਾਰ ਵੱਧੇ ਜਾ ਰਹੇ ਨੇ ਕੀ ਮਾਤਾ ਪਿਤਾ ਨੂੰ ਸਮਝਣਾ ਚਾਹੀਦਾ ਕਿ ਉਹਨਾਂ ਨੂੰ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਤੇ ਕਿਦਾਂ ਅਜਿਹੇ ਘਟਨਾਵਾਂ ਤੋਂ ਬਚਿਆ ਜਾ ਸਕਦਾ ਨਹੀਂ ਉਹਨਾਂ ਨੂੰ ਚਾਹੀਦਾ ਵੀ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਦੱਸ ਦਿਨੇ ਚਾਹੀਤੇ ਹੈਗੇ ਤੇ ਬਾਕੀ ਉਹਨਾਂ ਨੂੰ ਇਹ ਕੋਈ ਅਜੇ ਕੇਸ ਸੀ ਹੋਣ ਮਤਲਬ ਨਜ਼ਰ 'ਚ ਆਇਆ ਹੋਵੇ ਤਾਂ ਉਹਨਾਂ ਨੂੰ ਉਹਦੇ ਬਾਰੇ ਦੱਸਣਾ ਚਾਹੀਦਾ ਹੈ ਵੀ ਕੀ-ਕੀ ਹੁੰਦਾ ਹੈਗਾ ਤੇ ਬਾਕੀ ਉਹਨਾਂ ਨੂੰ ਪੈਸੇ ਦੇ ਬਾਰੇ ਇੰਨਾ ਜ ਪ੍ਰੋਪਰ ਨਹੀਂ ਹੋਣਾ ਚਾਹੀਦਾ ਬਾਕੀ ਸਕਿਉਰਿਟੀ ਪੁਆਇੰਟ ਤੇ ਸਾਮਲਾ ਕਰਚ ਕੈਮਰਾ ਵਗੈਰਾ ਹੋਣਾ ਚਾਹੀਦਾ ਹੈਗਾ ਤੁਹਾਡੇ ਮੁਤਾਬਿਕ ਜਾਨੀ ਕਿ ਬੱਚੇ ਨੂੰ ਆਪਣੇ ਘਰ ਦੇ ਹਾਲਾਤ ਜੇ ਵਧੀਆ ਨੇ ਤਾਂ ਵੀ ਉਹ ਵਧੀਆ ਪੂਰੇ ਖੁੱਲ ਕੇ ਨਹੀਂ ਦਿਸਣੇ ਚਾਹੀਦੇ ਤਾਂ ਜੋ ਬੱਚੇ ਜਿਹੜੇ ਆ ਕਿਤੇ ਨਾ ਕਿਤੇ ਇਹ ਨਾ ਸਮਝਣ ਕਿ ਪੈਸੇ ਸਾਡੇ ਤੋਂ ਜ਼ਿਆਦਾ ਤੇ ਉਹ ਖੁੱਲੇ ਹੋ ਜਾਣ ਹੈ ਨਾ ਹਾਂ ਬਿਲਕੁਲ ਲੋਕਾਂ ਦੇ ਵਿੱਚ ਵਿਚਰ ਰਹੇ ਆ ਖਾਸ ਕਰਕੇ ਔਰਤਾਂ ਦੇ ਨਾਲ ਗੱਲ ਕਰਕੇ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਆ ਕਿ ਬੱਚੇ ਜਿਹੜੇ ਅਗਵਾ ਹੋ ਰਹੇ ਨੇ ਜ਼ਿੰਮੇਵਾਰੀ ਪਰਿਵਾਰ ਦੀ ਕਿੰਨੀ ਬਣਦੀ ਹੈ ਸਰਕਾਰ ਦੀ ਜ਼ਿੰਮੇਵਾਰੀ ਕਿੰਨੀ ਬਣਦੀ ਆ ਸਾਡੇ ਨਾਲ ਮਜੂਨੇ ਇਹ ਕੀ ਨਾਮ ਜੀ ਤੁਹਾਡਾ ਗੁਰਲੀਨ ਕਿਦਾਂ ਦੇਖਦੇ ਹਾਂ ਬੱਚੇ ਲਗਾਤਾਰ ਅਗਵਾ ਹੋ ਰਹੇ ਨੇ ਹਾਲੀ ਦੇ ਵਿੱਚ ਅੰਕੜੇ ਸਾਹਮਣੇ ਆਏ ਜਿਹੜੇ ਹੈਰਾਨ ਕਰਨ ਵਾਲੇ ਨੇ ਕਿ 1 ਸਾਲ ਦੇ ਵਿੱਚ 55000 ਬੱਚੇ ਅਗਵਾ ਹੋਏ ਨੇ ਕਿਦਾਂ ਅਜਿਹੇ ਘਟਨਾਵਾਂ ਨੂੰ ਦੇਖਦੇ ਹਾਂ ਤੇ ਕਿੰਨੀ ਜ਼ਿੰਮੇਵਾਰੀ ਬਣਦੀ ਹੈ ਸਾਡੀ ਤਾਂ ਜੋ ਅਜਿਹੇ ਘਟਨਾਵਾਂ ਤੋਂ ਬਚਿਆ ਜਾ ਸਕੇ ਸਭ ਤੋਂ ਪਹਿਲਾਂ ਦੇਖੋ ਪੇਰੈਂਟਸ ਨੂੰ ਖੁਦ ਹੀ ਆਪਣੇ ਬੱਚਿਆਂ ਬਾਰੇ ਜ਼ਿਆਦਾ ਜਾਗਰੂਕ ਰਹਿਣਾ ਚਾਹੀਦਾ ਹੈ ਉਹ ਜੇ ਅਗਰ ਬੱਚੇ ਖੇលਦੇ ਪਏ ਹਨ ਉਹਨਾਂ ਨੂੰ ਨਿਗਰਾਨੀ ਦੇ ਨੀਚੇ ਰੱਖਣਾ ਚਾਹੀਦਾ ਹੈ ਸੀਸੀਟੀਵੀ ਕੈਮਰਾਸ ਇੰਸਟਾਲ ਹੋਣੇ ਚਾਹੀਦੇ ਆ ਕਿ ਅਗਰ ਕੋਈ ਵੀ ਬਾਈਚੰਸ ਇਨਸੀਡੈਂਟ ਹੁੰਦਾ ਹੈ ਤਾਂ ਉਹ ਰਿਕਾਰਡ ਹੋ ਜੇ ਤੇ ਉਸ ਜਿਸ ਬੰਦੇ ਨੇ ਇਹ ਕੀਤਾ ਹੈ ਉਹਨੂੰ ਪਕੜਿਆ ਜਾਏ ਜਲਦੀ ਤੋਂ ਜਲਦੀ ਕਿਉਂਕਿ ਅੱਜਕਲ ਟ੍ਰੈਫਿਕਿੰਗ ਕੇਸਸ ਬਹੁਤ ਹੋ ਰਹੇ ਆ ਟਰੱਕਸ ਦੀ ਪ੍ਰੋਪਰ ਉਥੇ ਇਨਸਪੈਕਸ਼ਨ ਹੋਣੀ ਚਾਹੀਦੀ ਹੈ ਕਿਉਂਕਿ ਬੋਰੀਆਂ ਦੇ ਵਿੱਚ ਹੀ ਬੱਚੇ ਜਾ ਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਟਰਾਂਸਫਰ ਕੀ ਜਾ ਰਹੇ ਆ ਤੀਸਰਾ ਇੱਕ ਗਵਰਨਮੈਂਟ ਨੂੰ ਇਸ ਦੇ ਵਿੱਚ ਜ਼ਿਆਦਾ ਰਿਸਪੌਂਸਿਬਲ ਹੋਣਾ ਚਾਹੀਦਾ ਕਿਉਂਕਿ ਅਸੀਂ ਦੇਖ ਰਹੇ ਹਾਂ ਗਵਰਨਮੈਂਟ ਕੁਝ ਵੀ ਨਹੀਂ ਕਰ ਰਹੀ ਇਸ ਦੇ ਵਿੱਚ ਚਾਈਲਡ ਵੈਲਫੇਅਰ ਕਮੇਟੀ ਵੀ ਇਨੀ ਕੀ ਕਹਿੰਦੇ ਆ ਜ਼ਿਆਦਾ ਐਕਟਿਵ ਨਹੀਂ ਹੈ ਇਸੇ ਵਿੱਚ ਤੇ ਅਗਰ ਦੇਖਿਆ ਜਾਏ ਚਾਈਲਡ ਹੈਲਪਲਾਈਨ ਨੂੰ ਵੀ ਫੋਨ ਕਰੋ 2 ਘੰਟੇ ਬਾਅਦ ਉਹ ਆਪਣੀ ਸਿਚੁਏਸ਼ਨ ਤੇ ਪਹੁੰਚਦੀ ਹੈ ਉਦੋਂ ਤੱਕ ਬੰਦਾ ਆਲਰੇਡੀ ਉੱਥੋਂ ਗਾਇਬ ਹੋ ਚੁੱਕਾ ਹੁੰਦਾ ਐਕਚੁਅਲੀ ਇਹ ਤੇ ਗਵਰਨਮੈਂਟ ਨੂੰ ਵੀ ਪਤਾ ਹੈ ਹਰ ਸੈਕਟਰ ਤੇ ਹਰ ਲਾਈਟਸ ਤੇ ਬੱਚੇ ਪੀਕ ਮੰਗ ਰਹੇ ਆ ਔਰ ਮੋਸਟ ਆਫ ਦਾ ਕੇਸਸ ਬੱਚੇ ਸੋ ਰਹੇ ਹੁੰਦੇ ਆ ਉਹਨਾਂ ਨੂੰ ਡਰੱਗਸ ਦੇ ਪੀਕ ਮੰਗਵਾਈ ਜਾਂਦੀ ਹੈ ਜਾਂ ਉਹਨਾਂ ਨੂੰ ਗੋਦੀ ਵਿੱਚ ਚੱਕਿਆ ਹੁੰਦਾ ਹੈ। ਤੇ ਗੱਲ ਕਰੀਏ ਤੁਹਾਡਾ ਕੋਈ ਨਿੱਜੀ ਤਜਰਬਾ ਹੈ ਇਦਾਂ ਦਾ ਵੀ ਜੀ ਤੁਹਾਡੇ ਸਾਹਮਣੇ ਕੋਈ ਇਦਾਂ ਦਾ ਕੇਸ ਸਾਹਮਣੇ ਆਇਆ ਹੈ? ਮੇਰੇ ਸਾਹਮਣੇ ਦੋ ਕੇਸਸ ਆਏ ਸੀ ਦੋਨੋਂ ਟਾਈਮ ਐ ਚਾਈਲਡ ਹੈਲਪਲਾਈਨ ਨੂੰ ਕਾਲ ਕੀਤਾ ਬਟ ਉਹ ਟਾਈਮ ਤੇ ਨਹੀਂ ਪਹੁੰਚਦੀ ਹੈ। 1 ਘੰਟਾ 2 ਘੰਟਾ ਤੁਸੀਂ ਵੇਟ ਕਰਦੇ ਹੋ ਉਸ ਤੋਂ ਬਾਅਦ ਉਹ ਆਂਦੀ ਹੈ ਤੇ ਤੁਸੀਂ ਇੰਨੀ ਧੇਰ ਉਸ ਪੁਆਇੰਟ ਤੇ ਖੜੇ ਨਹੀਂ ਰਹਿ ਸਕਦੇ ਹੋ। ਉਸ ਤੋਂ ਬਾਅਦ ਉਹਨਾਂ ਦਾ ਕੋਈ ਫਾਲੋ ਅਪ ਨਹੀਂ ਆਉਂਦਾ ਉਹ ਖੁਦ ਸਾਨੂੰ ਕਾਲ ਕਰਕੇ ਉਹਨਾਂ ਨੂੰ ਪੁੱਛਣਾ ਪੈਂਦਾ ਜੀ ਅਸੀਂ ਕਿੱਤੀ ਸੀ ਤੁਹਾਨੂੰ ਕੰਪਲੇਨ ਤੇ ਉਸ ਤੇ ਕੀ ਐਕਸ਼ਨ ਬਣਿਆ ਬਟ ਇਨ ਮੇਜਰ ਆਫ ਦਾ ਕੇਸਸ ਮੈਂ ਦੇਖਿਆ ਉਹ ਵੀ ਇਨਐਕਟਿਵ ਹੈ ਇੰਨਾ ਜੋ ਉਹਨਾਂ ਨੂੰ ਰਿਸਪਾਂਸਿਬਲ ਹੋਣਾ ਚਾਹੀਦਾ ਹੈ ਗਵਰਨਮੈਂਟ ਨੇ ਉਹਨਾਂ ਨੂੰ ਅਪੋਇੰਟ ਕੀਤਾ ਹੋਇਆ ਉਸ ਦੇ ਬੇਸਿਸ ਤੇ ਉਹ ਉਹਨਾ ਕੰਮ ਨਹੀਂ ਕਰ ਰਹੀ ਹੈ ਤੁਹਾਡੇ ਹਿਸਾਬ ਦੇ ਨਾਲ ਪ੍ਰਸ਼ਾਸਨ ਨੂੰ ਜਿਹੜੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਉਸ ਹਿਸਾਬ ਦੇ ਨਾਲ ਕੰਮ ਨਹੀਂ ਹੋ ਰਿਹਾ ਤਾਂ ਤੁਹਾਨੂੰ ਲੱਗਦਾ ਨਹੀਂ ਕਿ ਮਾਤਾ ਪਿਤਾ ਨੂੰ ਹੀ ਜਾਗਰੂਕ ਹੋ ਜਾਣਾ ਚਾਹੀਦਾ ਕਿ ਇੱਕ ਪਾਸੇ ਜਿਨ੍ਹਾਂ ਨੂੰ ਅਸੀਂ ਆਪਣੀ ਸੁਰੱਖਿਆ ਦਾ ਜ਼ਿੰਮਾ ਦਿੱਤਾ ਉਹ ਪੂਰੀ ਜ਼ਿੰਮੇਵਾਰੀ ਨਹੀਂ ਨਿਭਾ ਰਹੇ ਬਿਲਕੁਲ ਪੇਰੈਂਟਸ ਨੂੰ ਹੀ ਹੁਣ ਆਪਣੇ ਹੱਥ ਵਿੱਚ ਲੈਣਾ ਪਏਗਾ ਕਿਉ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਹਰਵਿੰਦਰ ਸਿੰਘ ਸਰ ਕਿਦਾਂ ਦੇਖਦੇ ਬੱਚਿਆਂ ਦੇ ਅਗਵਾ ਹੋਣ ਦੇ ਕੇਸ ਲਗਾਤਾਰ ਵਧੇ ਜਾ ਰਹੇ ਨੇ ਪਿਛਲੇ ਸਾਲਾਂ ਤੋਂ ਆંકੜੇ ਸਾਹਮਣੇ ਆਏ ਨੇ ਹੁਣ ਕਿਦਾਂ ਦੇਖਦੇ ਇਹਨਾਂ ਕੇਸਾਂ ਨੂੰ ਕਿਦਾਂ ਘਟਾਇਆ ਜਾ ਸਕਦਾ ਕੀ ਜ਼ਿੰਮੇਵਾਰੀਆਂ ਆਮ ਲੋਕਾਂ ਨੂੰ ਪਾਉਣੀਆਂ ਚਾਹੀਦੀਆਂ ਜਾਂ ਜ਼ਿੰਮੇਵਾਰੀਆਂ ਕੀ ਪ੍ਰਸ਼ਾਸਨ ਨੂੰ ਪਾਉਣੀਆਂ ਚਾਹੀਦੀਆਂ ਤਰਸਰਾਂ ਬੱਚੇ ਜਦੋਂ ਆਪਣੇ ਘਰ ਤੋਂ ਜਾਂਦੇ ਆ ਉਹਨਾਂ ਨੂੰ ਵੀ ਮਾਪੇ ਦਾ ਵੀ ਫਰਜ਼ ਬਣਦਾ ਵੀ ਗਾਈਡ ਕਰੇ ਉਹਨਾਂ ਨੂੰ ਦੱਸੇ ਵੀ ਕਿਹੋ ਜਿਹੇ ਬੰਦੇ ਨਾਲ ਤੁਸੀਂ ਕਿਵੇਂ ਡੀਲ ਕਰ ਰਹੇ ਤੁਹਾਨੂੰ ਕਿਦਾਂ ਬੰਦਾ ਬੁਲਾ ਰਿਹਾ ਤੁਹਾਨੂੰ ਕੋਈ ਖਾਣ ਨੂੰ ਚੀਜ਼ ਦੇ ਰਿਹਾ ਉਹਨੂੰ ਨਾ ਲਓ ਯੋਗਨਾ ਕੋਈ ਬਾਹਰ ਦਾ ਬੰਦਾ ਹੈ ਤੇ ਬਾਕੀ ਪ੍ਰਸ਼ਾਸਨ ਪਰ ਉਹ ਇਹ ਜਿੰਮੇਵਾਰੀ ਹੈ ਵੀ ਕੈਮਰੇ ਕੂਮਰੇ ਵੱਧ ਤੋਂ ਵੱਧ ਲਗਾਏ ਜਾਵੇ ਜਿਵੇਂ ਕਿਤੇ ਪਬਲਿਕ ਪਲੇਸ ਹੈ ਕਿਤੇ ਵੀ ਕੈਮਰੇ ਦੀ ਅੱਖ ਹੈ ਜਿਹੜੀ ਇਹ ਤੋਂ ਬਚ ਨਹੀਂ ਸਕਦਾ ਬੰਦਾ ਜੇ ਆਪਣਾ ਬੱਚੇ ਦੀ ਲੋਕੇਸ਼ਨ ਦਾ ਪਤਾ ਲੱਗ ਜਾਂਦਾ ਵੀ ਫਲਾਣੀ ਜਗ੍ਹਾ ਬੱਚਾ ਤਾਂ ਉੱਥੇ ਕੈਮਰਾ ਹੋਵੇ ਉੱਥੇ ਬੱਚਾ ਦੇਖ ਵੀ ਸਕਦਾ ਉਹਦੇ ਨਾਲ ਬੰਦਾ ਵੀ ਪਛਾਣ ਉਹ ਕਿਹਦੇ ਕੌਣ ਜਾ ਰਿਹਾ ਕੌਣ ਲੈ ਕੇ ਜਾ ਰਿਹਾ ਇਸ ਕਰਕੇ ਫਿਰ ਚੋਰਾਂ ਨੂੰ ਵੀ ਪਤਾ ਲੱਗ ਜਾਂਦਾ तकरीबन ਕੋਈ ਕਿੱਥੇ ਸੇਫਟੀ ਹੈਗੀ ਹੈ ਪ੍ਰਸ਼ਾਸਨ ਦੀ ਸੇਫਟੀ ਤਾਂ ਕਿਤੇ ਕਿਤੇ ਪੁਲਿਸ ਕਿਹੜਾ ਸਾਰੇ ਜਗ੍ਹਾ ਵੀ ਨਹੀਂ ਜਾ ਸਕਦੀ ਹੈਗੀ ਇਸ ਕਰਕੇ ਪ੍ਰਸ਼ਾਸਨ ਨੂੰ ਕੈਮਰੇ ਲਗਾਉਣੇ ਚਾਹੀਦੇ ਵੱਧ ਤੋਂ ਵੱਧ ਜੇ ਅਸੀਂ ਇਹ ਦੇਖਿਆ ਜਾਵੇ ਲਗਾਤਾਰ ਕੇਸ ਵਧ ਰਹੇ ਨੇ ਸਾਲ 2014 ਦੇ ਵਿੱਚ ਤਕਰੀਬਨ 38000 ਸੀ ਕੇਸ ਸਾਲ 2015 ਦੀ ਗੱਲ ਹੋਈ ਤਾਂ ਉਹਦੇ ਵਿੱਚ 42000 ਹੋ ਗਏ ਹੁਣ 55000 16 ਦੇ ਵਿੱਚ ਹੋ ਗਏ 17 ਦੇ ਵਿੱਚ ਹੋਰ ਜਿਹੜੇ ਆંકੜੇ ਆ ਸਕਦੇ ਨੇ ਲਗਾਤਾਰ ਕੇਸ ਵਧ ਰਹੇ ਨੇ ਕਿੱਦਾਂ ਦੇਖਦੇ ਆ ਵੀ ਇਹਨਾਂ ਨੂੰ ਪ੍ਰਸ਼ਾਸਨ ਦੀ ਕਿੰਨੀ ਕੁ ਜ਼ਿੰਮੇਵਾਰੀ ਬਣ ਜਾਂਦੀ ਜਦੋਂ ਇਦਾਂ ਕੇਸੇ ਲਗਾਤਾਰ ਵਧੇ ਜਾਂਦੇ ਪ੍ਰਸ਼ਾਸਨ ਦੀ ਇਹ ਜ਼ਿੰਮੇਵਾਰੀ ਹੋ ਸਕਤਾਈ ਕਰੀ ਜਾਵੇ ਪੁਲਿਸ ਵੱਲੋਂ ਵੀ ਸਖਤਾਈ ਕਰੀ ਜਾਵੇ ਤੇ ਜਿਹੜਾ ਇਹ ਨਸ਼ਾ ਪੱਤਾ ਇਹਨੂੰ ਵੀ ਕੰਟਰੋਲ ਕਰਨਾ ਚਾ ਅਜਿਹਾ ਕਿ ਬੱਚੇ ਡਰਗ ਰੋਗ ਲੈ ਕੇ ਆਪ ਵੀ ਘਰੋਂ ਵੀ ਜਾ ਸਕਦੇ ਕਿਸੇ ਦੇ ਨਾਲ ਵੀ ਜਾ ਸਕਦੇ ਉਹਨਾਂ ਨੂੰ ਲਾਲਚ ਦਿੱਤਾ ਜਾ ਸਕਦਾ ਜੇ ਉਹ ਬੰਦਾ ਨਸ਼ਾ ਕਰਦਾ ਉਹਨੂੰ ਲਾਲਚ ਜੇ ਕੋਈ ਦੇ ਦੇਵੇ ਨਾ ਵੀ ਤੈਨੂੰ ਫੁਲਾਨੀ ਚੀਜ਼ ਆਪਾਂ ਦਵਾਂਗੇ ਤੈਨੂੰ ਨਸ਼ਾ ਵੀ ਮਿਲੂਗਾ ਪੈਸੇ ਵੀ ਮਿਲਣਗੇ ਤੇ ਬੱਚਾ ਉਸ ਦੇ ਨਾਲ ਜਾ ਵੀ ਸਕਦਾ ਇਸ ਕਰਕੇ ਪ੍ਰਸ਼ਾਸਨ ਦੀ ਇਹੀ ਜ਼ਿੰਮੇਵਾਰੀ ਹੈ ਜਿਵੇਂ ਕਿ ਕਿਮਿਸਟ ਹੈ ਇਹਨਾਂ ਪਰ ਵੀ ਨਸ਼ੇ ਨਸ਼ੇਦ ਤੋਂ ਜਿਹੜੇ ਗੋਲੀਆਂ ਗੋਲੀਆਂ ਦਵਾਈਆਂ ਮਿਲਦੀਆਂ ਇਹ ਆਮ ਦੇਈ ਜਾਂਦੇ ਇਹਨਾਂ ਪਰ ਵੀ ਕੰਟਰੋਲ ਹੋਣਾ ਚਾਹੀਦਾ ਕੀ ਨਾਮ ਜੀ ਤੁਹਾਡਾ ਦਲਜੀਤ ਸਿੰਘ ਜੀ ਕਿੱਦਾਂ ਦੇਖਦੇ ਆ ਇਹਨਾਂ ਨੂੰ ਕਿਸਾ ਨੂੰ ਤੁਹਾਡੇ ਮੁਤਾਬਕ ਕਿਦਾਂ ਰੋਕਿਆ ਜਾ ਸਕਦਾ ਲਗਾਤਾਰ ਵਾਰ ਨੇ ਅਗਵਾ ਹੋਣ ਦੇ ਬੱਚੇ ਲਗਾਤਾਰ ਅਗਵਾ ਹੋ ਰਹੇ ਨੇ ਕਿਦਾਂ ਬਚਾ ਜਾ ਸਕਦਾ ਬਸ ਇਹ ਹੀ ਆਪਣੇ ਪੇਰੈਂਟਸ ਦੀ ਜ਼ਿੰਮੇਵਾਰੀ ਪਹਿਲਾਂ ਬਣਦੀ ਹੈ ਤੇ ਦੂਜਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋ ਜਾਂਦੀ ਹੈ ਤੇ ਨਿਗਰਾਨੀ ਕੀਤੀ ਜਾ ਬੱਚਿਆਂ ਦੀ ਤੇ ਹੋਰ ਤਾਪਕ ਬੱਚਿਆਂ ਨੂੰ ਜੀ ਅਸੀਂ ਇਹੀ ਗੱਲ ਕਰਨ ਲੱਗਾ ਸੀਗਾ ਕਿ ਮਾਤਾ ਪਿਤਾ ਦੀ ਕਿੰਨੀ ਕਿ ਜ਼ਿੰਮੇਵਾਰੀ ਬਣ ਜਾਂਦੀ ਹੈ ਕਿਉਂਕਿ ਹਰੇਕ ਥਾਂ ਤੇ ਪ੍ਰਸ਼ਾਸਨ ਜਿੱਦਾਂ ਇਹਨਾਂ ਨੇ ਕਿਹਾ ਵੀ ਨਹੀਂ ਹੋ ਸਕਦਾ ਮਾਤਾ ਪਿਤਾ ਦੀ ਜ਼ਿੰਮੇਵਾਰੀ ਕਿੰਨੀ ਹੋਣੀ ਚਾਹੀਦੀ ਕੀ ਸਾਨੂੰ ਹਦਾਇਤਾਂ ਦੇਣੀਆਂ ਚਾਹੀਦੀਆਂ ਬੱਚਿਆਂ ਨੂੰ ਕੀ ਸਮਝਾਉਣਾ ਚਾਹੀਦਾ ਮਾਹਬਾਪਤੀ ਵੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਸਮਝਾਉਣਾ ਚਾਹੀਦਾ ਬੱਚਿਆਂ ਨੂੰ ਵੀ ਅਸੀਂ ਕਿਸੇ ਦੇ ਨਾਲ ਗਲਤ ਨਾ ਜਾਈਏ ਤੇ ਉਹਨਾਂ ਦੇ ਬਾਰੇ ਜੇ ਸਕੂਲ ਚ ਜਾਈਏ ਤਾਂ ਉੱਥੇ ਆਪਣਾ ਪ੍ਰਿੰਸੀਪਲ ਸਕੂਲ ਵਗੈਰਾ ਮੀਟਿੰਗ ਕਰਨ ਕਿ ਸਾਡਾ ਬੱਚਾ ਸਹੀ ਆ ਰਿਹਾ ਸਹੀ ਜਾ ਰਿਹਾ ਤੇ ਆਉਣ ਜਾਣ ਤੇ ਉਹਦੇ ਬੱਚੇ ਦੇ ਪਨੇ ਕਰ ਨਹੀਂ ਕੀਤੀ ਜਾਵੇ ਤੇ ਜੇ ਹੁਣ ਅਸੀਂ ਪ੍ਰਸ਼ਾਸਨ ਵੱਲ ਆ ਜਾਈਏ ਪ੍ਰਸ਼ਾਸਨ ਕਿਹੜੇ ਕਿਹੜੇ ਕਦਮ ਚੁੱਕੇ ਤੁਹਾਡੇ ਮੁਤਾਬਕ ਤਾਂ ਜੋ ਜਿਹੜੇ ਬੱਚਿਆਂ ਦੇ ਕੇਸਿਸ ਲਗਾਤਾਰ ਅਗਵਾ ਹੋਣ ਦੇ ਵੱਧੇ ਜਾ ਰਹੇ ਨੇ ਉਹਨਾਂ ਨੂੰ ਰੋਕਿਆ ਜਾ ਸਕੇ ਜਾਂ ਉਹਨਾਂ ਦੀ ਜਿਹੜੇ ਕੇਸਿਸ ਹੋ ਚੁੱਕੇ ਨੇ ਉਹਨਾਂ ਨੂੰ ਹੱਲ ਕੀਤਾ ਜਾਵੇ ਪ੍ਰਸ਼ਾਸਨ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਜਿਦਾਂ ਦੱਸਿਆ ਇਹਨਾਂ ਨੇ ਵੀ ਕੈਮਰੇ ਵਗੈਰਾ ਲਾਜਾਣ ਇਨਸਟਰਕਸ਼ਨਾਂ ਦਿੱਤੀਆਂ ਜਾਣ ਤਾਂ ਪੁਲਿਸ ਨੂੰ ਉਦਕਾਰ ਜਾ ਦਿੱਤਾ ਜਾਵੇ ਤੇ ਨੰਬਰ ਜਿਹੜੇ ਇਹ ਕੰਮ ਕਰਦੇ ਨੇ ਗਰੋ ਕਰਦਾ ਕੰਮ ਇਹ ਤੇ ਇਹਦੇ ਵਿੱਚ ਜਦੋਂ ਕੋਈ ਬਾਹਰਾਂ ਬੰਦਾ ਆਉਂਦਾ ਉਦੀ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਵੀ ਉਹਦਾ ਪਿੱਛੋ ਕੈਰੈਕਟਰ ਕਿੱਦਾਂ ਹੈ ਕਿੱਦਾਂ ਹੈ ਤੇ ਨਵੇਂ ਬੱਚੇ ਕੀ ਹੁੰਦੇ ਸੋ ਆਮ ਲੋਕਾਂ ਦੇ ਨਾਲ ਗੱਲ ਕੀਤੀ ਉਹਨਾਂ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਕਿਹਦੀ ਜ਼ਿੰਮੇਵਾਰੀ ਬਣਦੀ ਹੈ ਪ੍ਰਸ਼ਾਸਨ ਦੀ ਕਿੰਨੀ ਜ਼ਿੰਮੇਵਾਰੀ ਬਣਦੀ ਹੈ ਤੇ ਆਮ ਲੋਕਾਂ ਦੀ ਕਿੰਨੀ ਜ਼ਿੰਮੇਵਾਰੀ ਬਣਦੀ ਹੈ ਤਾਂ ਜੋ ਗਵਾਹ ਹੋਰੇ ਬੱਚਿਆਂ ਦੇ ਕੇਸਾਂ ਨੂੰ ਲਗਾਤਾਰ ਜਿਹੜੇ ਵਧ ਰਹੇ ਨੇ ਉਹਨਾਂ ਨੂੰ ਠੱਲ ਪਾਈ ਜਾ ਸਕੇ ਅਤੇ ਨਾਲ ਦੀ ਨਾਲ ਇਹ ਵੀ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਕੌਣ ਜ਼ਿਆਦਾ ਜ਼ਿੰਮੇਵਾਰ ਹੈ ਇਸ ਲਈ ਲੋਕਾਂ ਨੇ ਸਜੈਸ਼ਨ ਦਿੱਤੇ ਸੁਝਾਅ ਦਿੱਤੇ ਕਿ ਆਮ ਲੋਕਾਂ ਦੀ ਉਨੇ ਹੀ ਜ਼ਿੰਮੇਵਾਰੀ ਬਣਦੀ ਹੈ ਜਿਨੀ ਪ੍ਰਸ਼ਾਸਨ ਦੀ ਤਾਂ ਜੋ ਅਜਿਹੇ ਕੇਸਾਂ ਨੂੰ ਠੱਲ ਪਾਈ ਜਾ ਸਕੇ ਤੇ ਅਗਵਾਕਾਰਾਂ ਦੇ ਜਿਹੜੇ ਗੈਂਗ ਬਣ ਚੁੱਕੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਦਾ ਪਰਦਾਫਾਸ਼ ਕਰਨ ਦੀ ਲੋੜ ਹੈ ਤੇ ਸਰਕਾਰ ਨੂੰ ਆਪਣੀ ਸ਼ਕਤੀ ਦੇ ਨਾਲ ਭੂਮਿਕਾ ਨਿਭਾਉਣ ਦੀ ਲੋੜ ਹੈ ਤਾਂ ਜੋ ਅਜਿਹੇ ਕੇਸਾਂ ਤੋਂ ਬਚਿਆ ਜਾ ਸਕੇ